ਵੀਹ ਕਿਸਮ ਦੇ ਖਾਣੇ ਖਾ ਕੇ ਪਾਕਿਸਤਾਨ ਦੀਆਂ ਵੱਡੀਆਂ ਵੱਡੀਆਂ ਸੀਟਾਂ ਉੱਤੇ ਬਹਿ ਕੇ ਦੱਸੋ ਅੱਜ ਤੁਸੀਂ ਦੀਨ ਨੂੰ ਦਿੱਤਾ ਕਿਵੇਂ? ਅੱਜ ਤੱਕ ਤੁਸਾਂ ਕਿਹੜਾ ਇਸਲਾਮ ਤੇ ਇਹਸਾਨ ਕੀਤਾ ਹੈ? ਮੁੜ ਕੇ ਕਹਿੰਦੇ ਹੋ ਮੌਲਾਨਾ ਸਾਹਿਬ ਆਪ ਤਕਰੀਰ ਨਹੀਂ ਕਰ ਸਕਦੇ, ਉਤਲੇ ਸਪੀਕਰ ਨਹੀਂ ਚਲਾ ਸਕਦੇ, ਇਹ ਤੁਹਾਡੇ ਪਿਓ ਦਾ ਮੁਲਕ ਹੈ। ਸਾਨੂੰ ਮੁੜ ਕੇ ਕਹਿੰਦੇ ਨਹੀਂ ਜੀ, ਐਸੀ ਬਾਤੇਂ ਆਪ ਕਿਉਂ ਕਰਤੇ ਹੈ? ਆਪ ਇਹ ਮੌਲਾਨਾ ਸਾਹਿਬ ਕੈਸੀ ਬਾਤੇਂ ਕਰਤੇ ਹੈ? ਮੈਂ ਐਸੀ ਬਾਤੇਂ ਕਰਤਾ ਹੂੰ ਜੋ ਪੜ੍ਹੀ ਹੈ। ਪੂਰੇ 14 ਅਗਸਤ ਵਿੱਚ ਉੱਤੋਂ ਲੈ ਕੇ ਥੱਲੇ ਤੱਕ ਮੈਨੂੰ ਕੋਈ ਉੱਠ ਕੇ ਬੰਦਾ ਦੱਸੇ, ਮੈਂ ਤਾਂ ਸੁਣਿਆ ਕੋਈ ਨਹੀਂ। ਅਗਰ ਮੈਂ ਗਲਤ ਬਿਆਨ ਕਰ ਰਿਹਾ ਤਾਂ ਮੈਨੂੰ ਦੱਸੋ ਜੀ। ਨਹੀਂ, ਕਿਸੇ ਇੱਕ ਜ਼ਿੰਮੇਦਾਰ ਆਦਮੀ ਨੇ ਜਿਹਨਾਂ ਕੋਲ ਇਕਤਦਾਰ ਹੈ, ਜਿਹਨਾਂ ਕੋਲ ਬਦਮਾਸ਼ੀਆਂ ਦੇ ਸਾਰੇ ਸਮਾਨ ਹਨ, ਇੱਕ ਬੰਦਾ ਦੱਸੋ ਮੈਨੂੰ ਜਿਹਨੇ ਕਿਹਾ ਹੋਵੇ ਕਿ ਪਾਕਿਸਤਾਨ ਕਾ ਮਤਲਬ ਕਿਆ, ਲਾ ਇਲਾ ਇਲੱਲਾ ਮੁਹੰਮਦ ਰਸੂਲ। ਦੱਸੋ ਮੈਨੂੰ ਕਿਸੇ ਇੱਕ ਨੇ ਨਾਰਾ ਲਾਇਆ ਹੋਵੇ ਕਿ ਪਾਕਿਸਤਾਨ ਇਸ ਲਈ ਬਣਾ ਦੋ। ਬਸ ਸਿਰਫ ਜਨਾਬ ਜੀ ਪਰੇਡ ਹੋ ਰਹੀ ਹੈ ਜੀ, ਝੰਡਾ ਲਹਿਰਾਇਆ ਜਾ ਰਿਹਾ, ਦੱਸੋ ਨਾ ਪਰੇਡ ਕਿਉਂ ਹੋ ਰਹੀ? ਔਰ ਦੱਸੋ ਨਾ ਕਾਇਦੇ ਆਜ਼ਮ 18 ਲੱਖ ਬੰਦੇ ਕਿਉਂ ਸ਼ਹੀਦ ਕਰਵਾਏ? ਔਰ ਦੱਸੋ 70,000 ਮੁਸਲਮਾਨਾਂ ਦੀਆਂ ਕੁੜੀਆਂ ਕਿਉਂ ਚੁੱਕ ਕੇ ਲੈ ਗਏ ਸਿੱਖ ਹਿੰਦੂ? ਔਰ ਦੱਸੋ ਮੁਸਲਮਾਨ ਆਪਣੀਆਂ ਧੀਆਂ ਦੇ ਗਲੇ ਕਿਉਂ ਕੱਟੇ? ਦੱਸੋ ਮੁਸਲਮਾਨਾਂ ਦੀਆਂ ਧੀਆਂ ਦਰਿਆਵਾਂ ਤੇ ਖੂਹਾਂ ਵਿੱਚ ਕਿਉਂ ਛਾਲ ਮਾਰੀ? ਇਹ ਦੱਸੋ ਨਾ ਸਾਰੀ ਕੌਮ ਨੂੰ। ਮੁੜ ਕੇ ਕਹਿੰਦੇ ਹੋ ਪਾਕਿਸਤਾਨ ਰੋਟੀ ਕੇ ਲਈ ਬਣਾ ਜੀ। ਇਹ ਰੋਟੀ ਨਹੀਂ ਮਿਲ ਰਹੀ ਸੀ ਕਾਇਦੇ ਆਜ਼ਮ ਇਕਬਾਲ ਕੋ, ਰਾਤ ਰੋਟੀ ਨਹੀਂ ਮਿਲੀ ਦੋਨੋਂ ਕੋ, ਸਵੇਰੇ ਉੱਠ ਕੇ ਪਾਕਿਸਤਾਨ ਬਣ ਗਿਆ। ਦੱਸੋ 1857 ਤੋਂ ਲੈ ਕੇ 1947 ਤੱਕ ਕਿਤਨੇ ਕਿਤਨੇ ਉਲਮਾ ਤੇ ਮਸ਼ਾਇਖ ਤੇ ਕਿਤਨੇ ਆਵਾਮ ਮੁਸਲਮਾਨ ਫਾਂਸੀਆਂ ਚੜ੍ਹੇ? ਦੱਸੋ ਨਾ ਲੋਕਾਂ ਨੂੰ ਅਲਾਮਾ ਫਜ਼ਲਿਆ ਖੈਰ ਆਬਾਦੀ ਮਿੱਟੀ ਦੇ ਟੋਕਰੇ ਕਿਉਂ ਚਾਹੇ? ਇਹ ਦੱਸੋ ਲੋਕਾਂ ਨੂੰ ਕਿ ਆ ਮੌਲਾਨਾ ਅਹਿਮਦੁੱਲਾ ਸ਼ਾਹ ਮਦਰਾਸੀ ਦੀ ਗਰਦਨ ਕੱਟ ਕੇ ਤੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਕਿਉਂ ਲਟਕਾਈ ਗਈ? ਇਹ ਦੱਸੋ ਨਾ ਬਹਾਦਰ ਸ਼ਾਹ ਜ਼ਫਰ ਨੂੰ ਉਹਦੇ ਕਿਲੇ ਤੋਂ ਆਉਂਦਿਆਂ ਤੱਕ ਅੰਗਰੇਜ਼ਾਂ ਕਿਤਨੀਆਂ ਗਾਲਾਂ ਕੱਢੀਆਂ? ਦੱਸੋ ਨਾ ਬਹਾਦਰ ਸ਼ਾਹ ਜ਼ਫਰ ਕੋਲ ਹਕੂਮਤ ਖਸੀ ਨਾ ਇਹਨਾਂ? ਦੱਸੋ ਬਹਾਦਰ ਸ਼ਾਹ ਜ਼ਫਰ ਨੂੰ ਸਵੇਰੇ ਨਾਸ਼ਤੇ 'ਚ ਉਹਦੇ ਪੁੱਤਰਾਂ ਦੇ ਪੋਤਰਿਆਂ ਦੇ ਸਿਰ ਕੱਟ ਕੇ ਕਿੰਨੇ ਪੇਸ਼ ਕੀਤੇ? ਤੁਸੀਂ ਸਮਝਦੇ ਹੋ ਬਈ ਰਾਤੀ ਤੁਹਾਨੂੰ ਖਾਬ ਆਈ ਸਵੇਰੇ ਪਾਕਿਸਤਾਨ ਬਣ ਗਿਆ? ਬਦਮਾਸ਼ੋ ਸਾਨੂੰ ਦੱਸੋ ਫਿਰ, ਅਸੀਂ ਦੁਨੀਆ ਨੂੰ ਦੱਸੀਏ ਟੀਵੀਆਂ ਤੇ, ਅੱਜ ਦੇਖਣਾ ਜੇ ਪੂਰੀ ਕੌਮ ਰੋਣ ਨਾ ਲੱਗ ਪਈ ਤੇ ਗੱਲ ਕਰਨਾ, ਫਿਰ ਸਲੰਸਰ ਕੋਈ ਨਹੀਂ ਕੱਢੇਗਾ। ਹਾਂਜੀ, ਸਲੰਸਰ ਕੱਢ ਕੇ ਠਾਂ ਠਾਂ ਠਾਂ, ਇਹ ਆਜ਼ਾਦੀ ਮਿਲੀ ਤੁਮੇ, ਇਸਕੇ ਪੀਛੇ ਲੱਖੋਂ ਦੁਨੀਆ ਕੇ ਖੂਨ ਹੈ।